ਪਟਿਆਲਾ ਸ਼ਹਿਰ ਦੇ ਮੇਨ ਬੱਸ ਸਟੈਂਡ 'ਤੇ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਵੱਲੋਂ ਪੈਟਰੋਲ, ਡੀਜ਼ਲ ਅਤੇ ਹੋਰ ਵਸਤਾਂ ਦੀ ਮਹਿੰਗਾਈ ਵਧਣ ਕਾਰਨ ਮੋਦੀ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਗਿਆ ਅਤੇ ਮੋਦੀ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਸੰਜੀਵ ਸ਼ਰਮਾ, ਰਵੀ ਕੁਲਭੂਸ਼ਣ, ਹੈਪੀ ਸ਼ਰਮਾ ਅਤੇ ਹਰਦੀਪ ਖਹਿਰਾ ਨੇ ਬੋਲਦਿਆਂ ਕਿਹਾ ਕਿ ਜੇ ਮੋਦੀ ਸਰਕਾਰ ਨੇ ਮਹਿੰਗਾਈ ਨੂੰ ਨੱਥ ਨਾ ਪਾਈ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਹ ਜੀ ਜਿਹੜਾ ਮੋਦੀ ਸਰਕਾਰ ਨੇ ਇਹਨੂੰ ਮਹਿੰਗਾਈ ਕੀਤੀ ਹੈ, ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਜਿਵੇਂ ਦੇ ਕੀਮਤਾਂ ਅਸਮਾਨ ਨੂੰ ਛੂੜਿਆ ਨੇ, ਉਹਦੇ ਖਿਲਾਫ਼ ਧਰਨਾ ਸਾਡੀ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਬਹੁਤ ਧਰਨਾ ਮਾਰਿਆ। ਅਸੀਂ ਸਾਡੀ ਮੰਗ ਹੈ ਕਿ ਜਿਹੜੇ ਇਹਨੇ ਕੀਮਤਾਂ ਵਧਾਈਆਂ ਨੇ ਇਹ ਕੀਮਤਾਂ ਵਾਪਸ ਲਈਆਂ ਜਾਣ ਅਤੇ ਮਹਿੰਗਾਈ ਤੋਂ ਰਾਹਤ ਦਿੱਤੀ ਹੈ। ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ, ਅਸੀਂ ਵਧਾਵਾਂਗੇ। ਸਾਡੀ ਕਾਂਗਰਸ ਪਾਰਟੀ ਸਮੂਹ ਸ਼ਹਿਰ ਵਾਸੀਆਂ ਨੂੰ, ਇਲਾਕਾ ਵਾਸੀਆਂ ਨੂੰ, ਦੇਸ਼ ਨੂੰ ਇਕੱਠਾ ਕਰਕੇ ਹੋਰ ਤੇਜ਼ ਕਰਾਂਗੇ। ਬਿਊਰੋ ਰਿਪੋਰਟ, SM1 ਨਿਊਜ਼।